नोएडा दे आरुषि ਅਤੇ ਹੇਮਰਾਜ ਹੱਤਿਆਕਾਂਡ ਵਿੱਚ ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਲਾਹਾਬਾਦ ਹਾਈ ਕੋਰਟ ਵੱਲੋਂ ਮਾਮਲੇ ਵਿੱਚ ਆਰੁਸ਼ੀ ਦੇ ਮਾਤਾ ਪਿਤਾ ਨੂਪੁਰ ਅਤੇ ਰਾਜੇਸ਼ ਤਲਵਾਰ ਨੂੰ ਬਰੀ ਕੀਤੇ ਜਾਣ ਦੇ 12 ਅਕਤੂਬਰ ਦੇ ਫੈਸਲੇ ਖਿਲਾਫ ਉਸ ਦੇ ਘਰੇਲੂ ਨੌਕਰ ਹੇਮਰਾਜ ਦੀ ਪਤਨੀ ਨੇ ਪਟੀਸ਼ਨ ਦਾਇਰ ਕੀਤੀ ਹੈ।